ਪਰਿਵਾਰ ਦੀ ਜਿਮਨੀ ਚੋਣ ਜਿਹਦੇ ਵਿੱਚ ਸਾਡਾ ਉਮੀਦਵਾਰ ਜਿਹੜਾ ਹੈ 500 ਕਿੰਨੀਆਂ ਵੋਟਾਂ ਸਾਡੇ ਉਮੀਦਵਾਰ ਨੂੰ ਪਈਆਂ 315 ਵੋਟਾਂ ਜਿਹੜੀਆਂ ਕਾਂਗਰਸ ਦੇ ਉਮੀਦਵਾਰ ਨੂੰ ਪਈਆਂ ਪਰ ਬਾਜੋ ਐਮਐਲਏ ਇੱਥੇ ਬੈਠਾ ਸੀ ਤੇ ਸਾਰੇ ਹਲਕੇ ਤੋਂ ਕੋਈ 1000-2000 ਬੰਦਾ ਗੁੰਡਾ ਅਨਸਰ ਲਿਆਂਦੇ ਸੀ ਰਫਲਾਂ ਦੇ ਨਾਲ ਲੈ ਸੀ ਨਿਹੰਗ ਲੈ ਕੇ ਆਇਆ ਸੀ ਤੇ ਉਹਨਾਂ ਨੇ ਇੱਕ ਆਰਓ ਨੂੰ ਜ਼ਬਰਦਸਤੀ ਕਿਡਨੈਪ ਕਰਕੇ ਮਸ਼ੀਨਾਂ ਕਿਡਨੈਪ ਕਰਕੇ ਤੇ ਆਪਣਾ ਰਿਜ਼ਲਟ ਅਨਾਉਂਸ ਕਰਾ ਕੇ ਤੇ ਜਿਹਦੇ ਖਿਲਾਫ ਸਾਡੇ ਉਮੀਦਵਾਰ ਜਿਹੜੇ ਉਹਨਾਂ ਨੂੰ ਵੀ ਨਾਲ ਕਿਡਨੈਪ ਕਰਕੇ ਲੈ ਗਏ ਨੇ ਸੁਨੀਲ ਬਲਗਣ ਜੀ ਨੂੰ ਤੇ ਅਸੀਂ ਇੱਥੇ ਧਰਨਾ ਦੇਣ ਲੱਗੇ ਹਾਂ ਅਤੇ ਉਦੋਂ ਤੱਕ ਨਹੀਂ ਚੁੱਕਿਆ ਜਾਂਦਾ ਜਦੋਂ ਸਾਡਾ ਰਿਜ਼ਲਟ ਸਹੀ ਨਹੀਂ ਹੁੰਦਾ ਤੇ ਸਾਡੀ ਜਿਹੜੀ ਜਿੱਤ ਆ ਉਹਨੂੰ ਐਲਾਨਿਆ ਨਹੀਂ ਜਾਂਦਾ ਅਸੀਂ ਉਦੋਂ ਤੱਕ ਧਰਨਾ ਦਾਂਗੇ ਪੰਜਾਬ ਸਰਕਾਰ ਮੁਰਦਾਬਾਦ 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 ਐਮਐਲਏ ਬਾਜਾ ਮੁਰਦਾਬਾਦ ਮੁਰਦਾਬਾਦ